ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀਆਂ ਦੋ ਬੱਚੀਆਂ ਜਿਹੜੀਆਂ ਇੱਥੇ ਆਉਂਦੀਆਂ ਉਹ ਪਹਿਲਾਂ 5 ਦਿਨ ਤਾਂ ਆਪਣਾ ਸਕੂਲ 'ਚ ਨੋਰਮਲ ਜਾਂਦੀਆਂ ਜਾਂ ਬਾਕੀ ਬੱਚਿਆਂ ਵਾਂਗ, ਅਤੇ ਸੈਟਰਡੇ ਨੂੰ ਪੰਜਾਬੀ ਸਕੂਲ 'ਚ ਵੀ ਜਾਂਦੀਆਂ। ਪਰ ਮੈਂ ਉਹਨਾਂ ਨੂੰ ਇੱਥੇ ਇੱਕ ਵਾਰੀ ਬਸ ਟ੍ਰਾਇਲ 'ਤੇ ਲੈ ਕੇ ਆਇਆ ਸੀਗਾ, ਔਰ ਉਹਨਾਂ ਨੇ ਇੰਨਾ ਲਾਈਕ ਕੀਤਾ ਕਿ ਹੁਣ ਉਹ ਮਿਸ ਨਹੀਂ ਕਰਨਾ ਚਾਹੁੰਦੀਆਂ। ਜੇ ਮੈਂ ਉਹਨਾਂ ਨੂੰ ਕਹਿ ਵੀ ਦੇਵਾਂ ਕਿ ਅੱਜ ਸੰਡੇ ਆ, ਆਪਾਂ ਹੋਰ ਕੁਛ ਕਰ ਲਈਏ, ਉਹ ਕਹਿੰਦੀਆਂ ਨਹੀਂ, ਅਸੀਂ ਆਪਣੇ ਗੁਰਮਤ ਸਕੂਲ 'ਚ ਜਾਣਾ। ਇੱਥੇ ਆਉਣ ਦੇ ਬਹੁਤ ਫਾਇਦੇ, ਮੈਂ ਕਾਫੀ ਦੂਰ ਤੋਂ ਇੱਥੇ ਆਉਂਦਾ ਅਤੇ ਤਕਰੀਬਨ 40 ਕਿਲੋਮੀਟਰ ਦਾ ਡਿਸਟੈਂਸ ਆ, ਇੱਕ ਘੰਟਾ ਲੱਗ ਜਾਂਦਾ ਅਤੇ ਪਰ ਬੱਚੇ ਲਾਈਕ ਕਰਦੇ ਕਿਉਂਕਿ ਉਹ ਇੱਕ ਵਾਰੀ ਆਣ ਕੇ ਇੱਥੇ ਕੀਰਤਨ ਸਿੱਖ ਲੈਂਦੇ ਆ, ਗੁਰਬਾਣੀ ਦੀ ਸੰਥਿਆ ਹੋ ਜਾਂਦੀ ਆ ਉਹਨਾਂ ਦੀ ਨਾਲ, ਉਹ ਇੱਥੇ ਪ੍ਰਸ਼ਾਦਾ ਪਾਣੀ ਮਿਲਦਾ ਜਿਹੜੇ, ਔਰ ਇੱਥੋਂ ਦਾ ਇਨਵਾਇਰਮੈਂਟ ਜਿਹੜਾ ਗੱਤਕਾ ਅਤੇ ਬੱਚਿਆਂ ਦੂਜਿਆਂ ਦੇ ਨਾਲ ਮਿਕਸ ਹੋ ਕੇ ਉਹ ਲਰਨਿੰਗ ਇਨਵਾਇਰਮੈਂਟ ਬਹੁਤ ਫਨ ਦੇ ਵਿੱਚ ਆ, ਜਿਹੜਾ ਬਹੁਤ ਲਾਈਕ ਕਰਦੇ ਬੱਚੇ। ਅਤੇ ਮੈਂ ਜਿਹੜੇ ਭੈਣ ਭਰਾ ਸਾਰੇ ਇੱਥੇ ਆਉਂਦੇ ਆ ਉਹਨਾਂ ਦਾ ਵੀ ਦੇਖਿਆ, ਜਾਂ ਜਿਹੜੇ ਰਨ ਕਰ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਆ। ਅਤੇ ਮੈਂ ਦੂਜਿਆਂ ਨੂੰ ਵੀ ਇਹ ਕਹਾਂਗਾ ਕਿ ਜ਼ਰੂਰ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਇਆ ਕਰੋ। ਸਿੱਖ ਵੈਲਫੇਅਰ ਐਜੂਕੇਸ਼ਨ ਸੈਂਟਰ ਦੀਆਂ ਜਿਹੜੀਆਂ ਕਰੰਟ ਐਕਟੀਵਿਟੀਜ਼ ਹੈ, ਇੱਕ ਤਾਂ ਇਤਿਹਾਸ ਨਾਲ ਬੱਚਿਆਂ ਨੂੰ ਜੋੜੀਦਾ, ਬਾਣੀ ਕੰਠ ਕਰਵਾਈਦੀ ਹੈ, ਸਿੰਘ ਜਿਹੜੇ ਕਲਾਸਿਸ ਲੈਂਦੇ ਨੇ ਉਹ ਇਹਨਾਂ ਚੀਜ਼ਾਂ 'ਤੇ ਫੋਕਸ ਕਰਦੇ ਨੇ। ਵਿੱਚ ਇਹ ਵੀ ਫੋਕਸ ਕੀਤਾ ਜਾਂਦਾ ਬੱਚਿਆਂ ਨੂੰ ਸੰਗੀਤ ਕੀਰਤਨ, ਗੁਰਮਤ ਸੰਗੀਤ ਕੀਰਤਨ ਸਿਖਾਇਆ ਜਾਂਦਾ, ਉਹਦੇ ਲਈ ਸਪੈਸ਼ਲੀ ਜਿਹੜੇ ਕੁਆਲੀਫਾਈਡ ਟੀਚਰ ਨੇ ਉਹ ਨੇ ਰੱਖੇ ਗਏ ਗੁਰਮਤ ਸੰਗੀਤ ਲਈ। ਅਤੇ ਇਸ ਤੋਂ ਇਲਾਵਾ ਗੱਤਕੇ ਦੀਆਂ ਵੀ ਕਲਾਸਿਸ ਲੱਗਦੀਆਂ। ਬੜੀਆਂ ਮਤਲਬ ਉਤਸ਼ਾਹ ਨਾਲ ਸਾਰੇ ਜਿਹੜੀ ਸਿੰਘ ਹੈ ਉਹ ਰਲ ਕੇ, ਬਹੁਤ ਸਾਰੇ ਵੋਲੰਟੀਅਰ ਨੇ ਜਿਹੜੇ ਰਲ ਕੇ ਚਲਾ ਰਹੇ ਨੇ, ਬਹੁਤ ਸਾਰੀਆਂ ਫੈਮਲੀਆਂ ਅਸੀਂ, ਬਿਕੋਜ਼ ਸਾਡੇ ਕੋਲ ਜਾਂ ਤਾਂ ਇੱਕੋ ਹੀ ਦਿਨ ਹੁੰਦਾ ਜਦੋਂ ਇਹ ਕਮਿਊਨਿਟੀ ਸੈਂਟਰ ਨੂੰ ਹਾਇਰ ਕੀਤਾ ਹੋਇਆ, ਮੋਸਟਲੀ ਸੰਡੇ, ਬਹੁਤ ਸਾਰੀਆਂ ਫੈਮਲੀਜ਼ ਇਸ ਕਰਕੇ ਵੀ ਨਹੀਂ ਇਨਵੋਲਵ ਹੋ ਪਾ ਰਹੀਆਂ ਜਿਹੜੀਆਂ ਆਪਦੇ ਬੱਚਿਆਂ ਨੂੰ ਇਨਰੋਲ ਕਰਨਾ ਚਾਹੁੰਦੀਆਂ। ਕਰਦੇ ਹਾਂ ਜਿਹੜੇ ਬੱਚਿਆਂ ਨੂੰ ਹੁਣ ਤੱਕ, ਜਿਹੜੇ ਪਰਿਵਾਰਾਂ ਨੂੰ ਹੁਣ ਤੱਕ ਅਸੀਂ ਅਕੋਮੋਡੇਟ ਨਹੀਂ ਕਰ ਪਾਏ, ਉਹਨਾਂ ਨੂੰ ਅੱਗੇ ਜਾ ਕੇ ਬਿਹਤਰ ਤਰੀਕੇ ਨਾਲ ਸਾਰੀਆਂ ਫੈਸਿਲਿਟੀਆਂ ਦਿੰਦੇ ਹੋਏ ਅਕੋਮੋਡੇਟ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।